ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ ਸਾਰੇ। ਮੈਂ ਤੁਹਾਡਾ ਆਪਣਾ ਗੁਰਦੀਪ ਸਿੰਘ ਚਹਿਲ ਸਵਾਗਤ ਕਰਦੇ ਹਾਂ ਸਾਡੇ ਚੈਨਲ ਦੀਪ ਗਗਨ ਹੋਟੀ ਵਣ 'ਤੇ। ਅਤੇ ਮੇਰੇ ਵੱਲੋਂ ਆਪ ਸਭ ਨੂੰ ਹੋਲੀ ਦੀਆਂ ਲੱਖ ਲੱਖ ਮੁਬਾਰਕਾਂ। ਅਤੇ ਅੱਜ ਆਪਣਾ ਇਹ ਦਿਨ ਬਹੁਤ ਜ਼ਿਆਦਾ ਖਾਸ ਹੋਣ ਜਾ ਰਿਹਾ, ਅਤੇ ਆਪਾਂ ਅੱਜ ਜਾ ਰਹੇ ਹਾਂਗੇ ਇੱਕ ਸਪੈਸ਼ਲ ਪਰਸਨ ਨੂੰ ਮਿਲਣ। ਅਤੇ ਇੱਕ ਗਗਨ ਦੇ ਮਾਤਾ ਆਇਆ ਵਿਆ ਜੀ, ਅਤੇ ਉਹਨਾਂ ਨੂੰ ਵੀ ਆਪਾਂ ਥੋੜ੍ਹਾ ਜਿਹਾ ਰਿਸ਼ਤੇਦਾਰੀ 'ਚ ਉਹਨਾਂ ਨੇ ਜਾਣਾ ਸੀ, ਆਪਾਂ ਉਹਨਾਂ ਨੂੰ ਵੀ ਮਿਲਾ ਕੇ ਲਿਆਉਣਾ। ਅਤੇ ਆਪਾਂ ਰਸਤੇ ਵਿੱਚ ਕੁਛ ਮੇਨ ਆਪਾਂ ਜੀ ਨੂੰ ਤੁਹਾਨੂੰ ਦੱਸਿਆ ਸਰਪ੍ਰਾਈਜ਼ ਆ ਤੁਹਾਡੇ ਲਈ, ਉਹਨਾਂ ਨਾਲ ਵੀ ਮਿਲਾਵਾਂਗੇ। ਆ ਜਾਓ ਆਪਾਂ ਕਰਦੇ ਹਾਂ ਵਲੋਗ ਸਟਾਰਟ। ਅਤੇ ਗਗਨਾ ਜੀ ਰੈਡੀ ਹੋ ਰਹੇ ਆ, ਅਜੇ ਬਹੁਤ ਜ਼ਿਆਦਾ ਗੇੜੇ ਗੂੜੇ ਖਾਈ ਜਾਂਦੇ, ਚੀਜ਼ਾਂ ਨਹੀਂ ਲੱਭ ਰਹੀਆਂ ਉਹਨਾਂ ਨੂੰ। ਅਤੇ ਆਪਾਂ ਰੈਡੀਆਂ, ਅਤੇ ਆ ਜਾਓ ਆਪਾਂ ਉਹਨਾਂ ਚਿਰ ਕਾਰ ਸਟਾਰਟ ਕਰ ਲਈਏ, ਗਗਨ ਉਹਨਾਂ ਚਿਰ ਆਉਂਦੇ ਆ। ਅਤੇ ਆਪਾਂ ਗਗਨਾ ਜੀ ਆ ਰਹੀ ਆ, ਆ ਜਾਓ ਗਗਨ। ਗਗਨ ਵੀ ਪਹੁੰਚ ਚੁੱਕਿਆ ਜੀ, ਪੂਰਾ ਤਾਂ ਰੈਡੀ ਰੂਡੀ ਹੋ ਕੇ ਚੱਲੇ ਆ। ਹਾਂਜੀ, ਗੁੱਡ ਮਾਰਨਿੰਗ। ਚਲੋ ਜੀ, ਹੁਣ ਆਪਾਂ ਚੱਲੇ ਪਾਈਏ, ਟਾਈਮ ਬਹੁਤ ਹੋ ਗਿਆ, ਤੁਸੀਂ ਸਾਨੂੰ ਐਂ ਵੀ ਸਾਜ ਰਹੇ ਤੁਰਾਂਗੇ, ਪਰ ਤੁਰਦੇ ਤੁਰਦੇ ਨੂੰ ਟਾਈਮ ਲੱਗ ਗਿਆ। ਟਿੱਕਰੀ ਵਾਲ ਚੌਂਕ ਪਹੁੰਚ ਚੁੱਕੇ ਜੀ ਆਪਾਂ, ਹੁਣ ਆਪਾਂ ਜਾਵਾਂ ਸੰਗੇੜੇ, ਤੇ ਫਿਰ ਹੋ ਜੂਗਾ ਆਪਾਂ ਲੁਧਿਆਣਾ ਰੋਡ ਹੋ ਜਾਵਾਂਗੇ। ਬਹੁਤ ਲੰਮਾ ਸਫ਼ਰ ਆ। ਹਾਂਜੀ, ਹੁਣ ਆਪਾਂ ਚੜ ਗਏ ਲੁਧਿਆਣਾ ਰੋਡ। ਕਈ ਤੇਲ ਪਾਉਣ ਕਾਰ ਚ ਕਰ ਲਈ। ਆਪਾਂ ਪਹੁੰਚ ਗਏ, ਹੁਣ ਦੱਸ ਗਗਨ ਕਿੱਧਰ ਨੂੰ ਜਾਣਾ ਫਿਰ। ਹਾਂਜੀ, ਆਪਾਂ ਪਹੁੰਚ ਗਏ ਹਾਂ ਜਿੱਥੇ ਆਪਾਂ ਜਾਣਾ ਸੀ। ਆਪਾਂ ਤਾਂ ਪਹਿਲਾਂ ਵੀ ਆਇਆ, ਮੈਂ ਤਾਂ ਪਹਿਲੀ ਵਾਰ ਆਇਆ। ਮੈਂ ਪਹਿਲਾਂ ਵੀ ਆਇਆ, ਬਟ ਮੈਨੂੰ ਆਏ ਨਹੀਂ ਪਤਾ ਜਾਣਾ ਕਿੱਧਰ ਨੂੰ। ਹੁਣ ਦੱਸ, ਮੈਂ ਤਾਂ ਉੱਧਰ ਨਹੀਂ ਮੋੜ ਦੇਣਾ, ਅੱਜ ਉਹਦਾ ਪਹੁੰਚ ਗਏ। ਪਤਾ ਨਹੀਂ ਜੀ ਮੈਨੂੰ ਕਿੱਧਰ ਨੂੰ ਜਾਣਾ ਆ। ਕਿਉਂ? ਇੱਧਰ ਤਾਂ ਡਿੱਲੋ ਨੂੰ ਜਾਂਦੀ। ਜੋਧਾ ਡਿੱਲੋ? ਪਰ ਜੋਧਾ ਨਹੀਂ ਜਾਣਾ। ਜੋਧਾ ਤਾਂ ਪਹੁੰਚ ਗਏ ਆਪਾਂ, ਹੁਣ ਆਪਾਂ ਪਹੁੰਚ ਚੁੱਕੇ ਹਾਂਗੇ ਜੋਧਾ, ਅਤੇ ਆਪਾਂ ਹੁਣ ਬਬਲੀ ਸਵੀਟਸ ਦੇ ਪਹੁੰਚੇ ਹਾਂ, ਅਤੇ ਆਪਾਂ ਹੁਣ ਕੁਛ ਮਠਿਆਈ ਵਗੈਰਾ ਲੈ ਲਈਏ, ਅਤੇ ਫਿਰ ਆਪਾਂ ਚੱਲਦੇ ਹਾਂ ਅਤੇ ਤੁਹਾਨੂੰ ਮਿਲਵਾਉਣੇ ਹਾਂ ਬਾਈ ਉਹਨਾਂ ਦੇ ਨਾਲ। ਮਠਿਆਈ ਦਾ ਡੱਬਾ ਪੈਕ ਕਰਵਾ ਲਈ ਜੀ ਇੱਕ ਬਾਈ ਉਹਨਾਂ ਦਾ, ਅਤੇ ਬਾਈ ਉਹਨਾਂ ਦਾ ਆਪਾਂ ਨੂੰ ਐਡਰੈਸ ਵੀ ਪੁੱਛ ਲਿਆ, ਬਾਈ ਉਹਨਾਂ ਨੇ ਆਪਾਂ ਨੂੰ ਸਾਰਾ ਐਡਰੈਸ ਸਮਝਾ ਤਾ ਕਿ ਆਪਾਂ ਹੁਣ ਡੱਬਾ ਉਹ ਕਰਵਾ ਲਈਏ, ਅਤੇ ਫਿਰ ਆਪਾਂ ਚੱਲਦੇ ਹਾਂ। ਗੇਟ ਚ ਮਿਲ ਗਏ ਸੀ, ਆਪਾਂ ਨੂੰ ਘਰ ਲੱਭਣਾ ਬਹੁਤ ਔਖਾ ਸੀ। ਗਗਨ ਪਹਿਲਾਂ ਇੱਕ ਵਾਰ ਆਏ ਨੇ, ਗਗਨ ਦੀ ਖੁਸ਼ੀ ਬੈਠੇ ਆ। ਹਾਂਜੀ, ਆਪਾਂ ਪਿੰਦਰ ਭਵਨ ਕੇ ਘਰ ਤੋਂ ਆ ਗਏ ਹਾਂ ਵਾਪਸ। ਬਾਈ ਹੁਣੀ ਨੇ ਬਹੁਤ ਵਧੀਆ ਸਾਨੂੰ ਬੁਲਾਇਆ ਚਲਾਇਆ, ਅਤੇ ਵਧੀਆ ਆਪਾਂ ਨੂੰ ਚਾਹ ਅਤੇ ਠੰਡਾ ਪਿਆ, ਅਤੇ ਆਪਾਂ ਉਹਨਾਂ ਨਾਲ ਬਹੁਤ ਟਾਈਮ ਘੰਟਾ ਗੱਲਾਂ ਕੀਤੀਆਂ। ਅਤੇ ਉਹਨਾਂ ਦੇ ਫਿਰ ਵੀ ਰਿਸ਼ਤੇਦਾਰ, ਉਹਨਾਂ ਦੇ ਮਾਮਾ ਜੀ ਆਏ ਹੋਏ ਸੀ ਉੱਧਰ ਵੀ ਜੀ, ਫਿਰ ਵੀ ਉਹਨਾਂ ਨੇ ਆਪਦਾ ਕੀਮਤੀ ਟਾਈਮ ਆਪਣੇ ਲਈ ਕੱਢਿਆ, ਅਤੇ ਆਪਾਂ ਉਹਨਾਂ ਤੋਂ ਕੁਝ ਪੁੱਛਣ ਗਏ ਸੀ, ਅਤੇ ਆਪਾਂ ਉਹਨਾਂ ਸਾਰਾ ਕਨਫਰਮ ਕਰ ਲਿਆ, ਅਤੇ ਥੋੜ੍ਹੇ ਡਾਊਟ ਸੀ ਆਪਣੇ ਮਨ 'ਚ ਉਹ ਆਪਣੇ ਕਲੀਅਰ ਹੋ ਗਿਆ। ਅਤੇ ਆਪਾਂ ਕੋਈ ਪ੍ਰਮੋਸ਼ਨ ਕਰਾਉਣ ਨਹੀਂ ਗਏ ਸੀ ਵਿੱਚ ਲੋਕਾਂ ਨੇ, ਤੁਸੀਂ ਪ੍ਰਮੋਸ਼ਨ ਕਰਾਉਣ ਦੇ ਮਾਰੇ ਗਏ ਸੀ, ਪਰ ਆਪਾਂ ਪ੍ਰਮੋਸ਼ਨ ਕਰਾਉਣ ਨਹੀਂ ਗਏ ਸੀ, ਨਾ ਆਪਾਂ ਉਹਨਾਂ ਤੋਂ ਕੋਈ ਵੀਡੀਓ ਬਣਵਾਈ ਆ ਨਾ ਕੁਛ ਹੋਰ, ਸਿਰਫ ਆਪਾਂ ਉਹਨਾਂ ਤੋਂ ਕੋਈ ਸੁਝਾਅ ਲੈਣ ਗਏ ਸੀ, ਕਿਉਂਕਿ ਉਹ ਬਹੁਤ ਟਾਈਮ ਦੇ ਯੂਟਿਊਬ 'ਤੇ ਨੇ।
ਅਤੇ ਆਪਾਂ ਉਹਨਾਂ ਤੋਂ ਸਰ ਸੁਝਾਅ ਲੈਣ ਗਏ ਸੀ। ਯੂਟਿਊਬ 'ਤੇ ਤਾਂ ਆਪਾਂ ਆਪਣਾ ਕਰੀਅਰ ਆਪਣੇ ਪੈਰਾਂ 'ਤੇ ਆਪ ਬਣਾਵਾਂਗੇ ਅਤੇ ਦੇਖਾਂਗੇ ਕੀ ਬਣੂੰਗਾ ਜੀ। ਆਪਾਂ ਹੁਣ ਚੱਲੇ ਹਾਂ ਬਰਨਾਲੇ ਅਤੇ ਗਗਨ ਨੂੰ ਬਿਨ ਦੱਸੇ ਆਪਾਂ ਹੁਣ ਚੱਲੇ ਹਾਂ ਰੰਗ ਲੈਣ, ਕਿਉਂਕਿ ਸ਼ਾਮ ਦੇ ਬਚ ਚੁੱਕੇ ਪੰਜ, ਸਾਰੇ ਹੋਲੀ ਖੇਡ ਚੁੱਕਿਆ ਅਤੇ ਗਗਨ ਵੀ ਮੇਰੇ ਨਾਲ ਨਾਰਾਜ਼ ਆ ਵੀ ਮੇਰੇ ਨਾਲ ਹੋਲੀ ਨਹੀਂ ਖੇਡੀ। ਅਤੇ ਆਪਾਂ ਬਰਨਾਲੇ ਚੱਲਦੇ ਹਾਂ ਅਤੇ ਰੰਗ ਲੈ ਕੇ ਆਉਣਾ ਗਗਨ ਨੂੰ ਬਿਨ ਦੱਸੇ, ਅਤੇ ਉਸਨੂੰ ਜਾ ਕੇ ਆਪਾਂ ਸਰਪ੍ਰਾਈਜ਼ ਦਿੰਦੇ ਹਾਂ। ਆ ਜਾਓ ਕਲਰ ਲੈ ਕੇ ਆਈਏ ਪਹਿਲਾਂ ਬਰਨਾਲੇ ਤੋਂ, ਫਿਰ ਤੁਹਾਨੂੰ ਵਿਖਾਉਂਦੇ ਹਾਂ ਗਗਨ ਦਿਨ ਜੀ। ਹੁਣ ਰੰਗ ਲੈਣ ਗਗਨ ਨਾਲ ਆਪਾਂ ਥੋੜ੍ਹਾ ਜਿਹਾ ਗੁੱਛੇ ਹੋਏ ਸੀ ਅਤੇ ਉਸਨੂੰ ਪਤਾ ਨਹੀਂ ਵੀ ਆਪਾਂ ਦਿਖਾਉਂਦੇ ਹਾਂ ਕਲਰ ਲੈਣ ਲਈ। ਗਗਨ ਹੈਲੋ, ਹੈਪੀ ਹੋਲੀ। ਹੈਪੀ ਹੋਲੀ ਹੈਪੀ ਹੋਲੀ ਹੈਪੀ ਹੈਪੀ ਹੋਲੀ ਆ ਕੰਮ ਲੁੜਾ ਦੂਰ ਗੜੇ ਹੀ ਮਾਰੀ। ਚਲੋ ਨਾ ਹੱਥ ਲੜੋ ਨਾ ਕੁਛ ਹੋਰ। ਆਲੀਆ ਮੈਂ ਲੈ ਜਾਵੇ ਕਿਹੜਾ ਭੱਜਣਾ ਜਾਵੇ
वाला बुराला भूती लगती है एक तरह से मेरे मनी नु खुशी आ कमे सारे दे की हाल ओए हो मासी दा चढ़ेली लगती आ सट बजी भी आ